ਮੁਕਤਸਰ ਇਸ ਕਰਕੇ ਅਸੀਂ ਤੈਨੂੰ ਲਿਜਾ ਨਹੀਂ ਸਕਦੇ। ਨਹੀਂ ਨੀ ਕਹਿੰਦੇ ਪਾਪਾ, ਕਹਿੰਦਾ ਮੈਂ ਤਾਂ ਜਾਊਂਗਾ ਜ਼ਰੂਰ। ਮੈਂ ਕਿਹਾ ਬੇਟਾ ਨਹੀਂ, ਤੈਨੂੰ ਲੈ ਕੇ ਨੀ ਜਾਣਾ। ਕਹਿੰਦਾ ਮੈਂ ਇੱਕ ਗੱਲ ਤੇ ਰੁਕੂੰਗਾ, ਮੈਨੂੰ 10 ਰੁਪਏ ਦਿਓ। ਮੈਂ ਕਿਹਾ ਕਿਸ ਨਾਂ ਦੇ 10 ਰੁਪਏ ਕਾਹਦੇ ਹੋਏ, ਕੋਈ 10 ਰੁਪਏ ਨੀ ਮਿਲਣੇ। ਬੱਚਿਆਂ ਨੂੰ ਦੇਖੋ ਅੱਜ ਕੱਲ੍ਹ ਨੂੰ ਕਿੰਨਾ ਢੰਗ ਹੈ ਪੈਸੇ ਕਢਾਉਣ ਦਾ। ਕਹਿੰਦਾ ਪਾਪਾ ਨਹੀਂ ਦੇਣੇ, ਨਾ ਦਿਓ, ਮੈਂ ਤੁਹਾਨੂੰ ਮੰਮੀ ਦੀ ਗੱਲ ਨੀ ਦੱਸਣੀ। ਮੈਂ ਕਿਹਾ ਕਿਹੜੀ ਗੱਲ ਹੋਏ। ਕਹਿੰਦਾ ਪਾਪਾ ਜੇ ਤੁਸੀਂ ਪ੍ਰੋਗਰਾਮ ਤੇ ਗਏ ਸੀ ਨਾ ਕੱਲ੍ਹ ਨਾ, ਮੰਮੀ ਨਾ ਦੁੱਧ ਵਾਲੇ ਭਾਈ ਨਾਲ ਨਾ। ਮੈਂ ਕਿਹਾ ਕੀ ਕਰਦੇ ਸੀ ਉਹ ਦੁੱਧ ਵਾਲੇ ਭਾਈ ਨਾਲ? ਕਹਿੰਦਾ ਪਹਿਲਾਂ 10 ਰੁਪਏ ਦਿਓ, ਫਿਰ ਦੱਸੂਗਾ। ਮਰਦਾ ਕੀ ਨਾ ਕਰਦਾ ਜੀ, 10 ਰੁਪਏ ਦੇ ਉਹਨੂੰ। ਮੈਂ ਕਿਹਾ ਦੱਸ ਕੀ ਕਰਦੇ ਸੀ? ਕੱਲ ਪਾਪਾ ਜਦ ਤੁਸੀਂ ਨਾ ਸ਼ਾਮ ਨੂੰ ਨਾ ਪ੍ਰੋਗਰਾਮ ਤੇ ਗਏ ਸੀ ਨਾ ਮੰਮੀ ਨਾ ਦੁੱਧ ਵਾਲੇ ਭਾਈ ਨਾਲ ਨਾ, ਮੈਂ ਨਾ ਟਾਕੀ ਵਿੱਚ ਨੂੰ ਦੇਖਿਆ ਦੁੱਧ ਵਾਲੇ ਭਾਈ ਨਾਲ ਨਾ। ਮੈਂ ਕਿਹਾ 10 ਰੁਪਏ ਦੇ ਪਤੰਦਰਾ ਕਿਆ ਕਰਦੇ ਸੀ? ਕਹਿੰਦਾ 10 ਰੁਪਏ ਹੋਰ ਦੋ, ਫਿਰ ਦੱਸੂਗਾ। ਮਰਦਾ ਕੀ ਨਾ ਕਰਦਾ, ਮੈਨੂੰ ਵੀ ਸ਼ੱਕ ਪੈ ਗਿਆ ਵੀ ਰਾਤ ਨੂੰ ਇੱਕ 2-2 ਵਜੇ ਤੱਕ ਮੈਡਮ ਨਾਲ ਪ੍ਰੋਗਰਾਮ ਤੇ ਰਹੀਦਾ, ਪਿੱਛੇ ਪਤਾ ਨੀ ਕੀ ਹੁੰਦਾ। ਮੈਂ ਕਿਹਾ ਚੱਲ ਬੇਟਾ ਲੈ ਫੜ 10 ਰੁਪਏ, ਦੱਸ ਕੀ ਕਰਦੇ ਸੀ? ਕਹਿੰਦਾ ਪਾਪਾ ਪਾਪਾ ਕੱਲ੍ਹ ਨਾ ਜਦ ਤੁਸੀਂ ਗਏ ਸੀ ਨਾ, ਮੈਂ ਟਾਕੀ 'ਚ ਨੂੰ ਦੇਖਿਆ ਬਾਹਰ ਨਾਲ ਥੋੜ੍ਹੀ ਥੋੜ੍ਹੀ ਚੰਨ ਚਾਨਣੀ ਰਾਤੀ ਮੰਮੀ ਨਾ ਦੁੱਧ ਵਾਲੇ ਭਾਈ ਨਾਲ। ਮੈਂ ਕੀ ਕਰਦੇ ਸੀ? ਕਹਿੰਦਾ ਪਾਪਾ ਗੁੱਸੇ ਕਾਹਤੋਂ ਹੁੰਦੇ, ਦੁੱਧ ਦਾ ਹਿਸਾਬ ਕਰਦੀ ਸੀ ਹੋਰ।